ਨੇ ਬੀਤੇ ਦਿਨ ਹੀ ਦੋ ਹੋਰ ਟਿਕਟਾਂ ਦਾ ਐਲਾਨ ਕੀਤਾ ਸੀ। ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਮਨੀਸ਼ ਤਿਵਾੜੀ ਨੂੰ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਹੈ ਅਤੇ ਸੰਗਰੂਰ ਸੀਟ ਤੋਂ ਗੱਲ ਕਰੀਏ ਤਾਂ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਪਾਰਟੀ ਨੇ ਉਮੀਦਵਾਰ ਉਹਨਾਂ ਨੂੰ ਐਲਾਨਿਆ ਹੈ ਅਤੇ ਕੇਵਲ ਢਿੱਲੋਂ ਨੇ ਵੀ ਜਿੱਤ ਦਾ ਦਾਅਵਾ ਵੀ ਕੀਤਾ ਹੈ, ਪਾਰਟੀ ਦਾ ਧੰਨਵਾਦ ਵੀ ਕੀਤਾ ਹੈ ਅਤੇ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਲੋਕ ਉਹਨਾਂ ਨੂੰ ਪਿਆਰ ਦੇਣਗੇ ਅਤੇ ਇਹਨਾਂ ਚੋਣਾਂ ਦੇ ਵਿੱਚ ਜੇਤੂ ਬਣਾਉਣਗੇ। ਸਾਡੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦਾ, ਆਸ਼ਾ ਕੁਮਾਰੀ ਜੀ ਜਿਹੜੇ ਸਾਡੇ ਇੰਚਾਰਜ ਨੇ ਅਤੇ ਸੁਨੀਲ ਜਾਖੜ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਔਰ ਸਾਡੇ ਸੰਗਰੂਰ ਦੇ ਲਈ ਆਪ ਮੈਨੂੰ ਉਮੀਦਵਾਰ ਬਣਾਇਆ ਗਿਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਤਾ ਕਿ ਸਾਡੇ ਅੰਦਰੂਨੀ ਤਾਂ ਹੁਣੇ ਮਿਸਿਸ ਭੱਠਲ ਨੂੰ ਮਿਲ ਕੇ ਆਇਆ, ਸੀ ਸਾਡੀ ਵੱਡੀ ਭੈਣ ਆ, ਮੇਰੀ ਵਿਜਿੰਦਰ ਸਿੰਗਲਾ ਜੀ ਨਾਲ ਗੱਲ ਹੋਈ, ਉਹ ਸਾਡਾ ਮੇਰਾ ਛੋਟਾ ਭਰਾ ਗੋਲਡੀ ਜੀ, ਸਾਰੇ ਦਾਮਨ ਜੀ, ਸਾਰੇ ਅਸੀਂ ਪਰਿਵਾਰ ਦੇ ਤੌਰ 'ਤੇ ਰਟੌਲ ਜੀ, ਹਰਚੰਦ ਕੌਰ, ਜਿੰਨੇ ਵੀ ਅਸੀਂ ਕਾਂਗਰਸ ਆ, ਅਸੀਂ ਇੱਕ ਪਰਿਵਾਰ ਦੇ ਤੌਰ 'ਤੇ ਮੈਂ ਪਹਿਲਾਂ ਵੀ ਕਹਿੰਦਾ ਕਿ ਅਸੀਂ ਇੱਕ ਪਰਿਵਾਰ ਦੇ ਤੌਰ 'ਤੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਆ, ਅਸੀਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ, ਜਿਹਨੂੰ ਟਿਕਟ ਮਿਲਦੀ ਆ ਬਾਕੀ ਸਾਰੇ ਨਾਲ ਚੱਲਦੇ ਆ, ਅਸੀਂ ਦੂਜੀਆਂ ਪਾਰਟੀਆਂ ਮੰਗੂ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਨੂੰ ਲਾ ਲਓ ਇੱਕ ਕੁਰਸੀ ਦੇ ਲਈ।